ਜਿਵੇਂ ਤੁਸੀਂ ਸਾਰੇ ਨਹੀਂ ਜਾਣਦੇ ਹੈਗੇ 21 ਅਕਤੂਬਰ ਨੂੰ ਅਸੀਂ ਮਾਰਟਰਸ ਡੇ ਇੱਕ ਮਨਾਇਆ ਸੀਗਾ, ਲੇਕਿਨ ਗਵਰਨਮੈਂਟ ਆਫ ਪੰਜਾਬ ਔਰ EGP ਪੰਜਾਬ ਸਾਹਿਬ ਉਹਨਾਂ ਦੇ ਹੁਕਮਾਂ ਦੇ ਨਾਲ ਅਸੀਂ ਇਹ ਪੂਰੇ ਹਫ਼ਤੇ ਨੂੰ ਇੱਕ ਮਾਰਟਰਸ ਡੇ ਦੀ ਉਹਨਾਂ ਦੀ ਓਬਜ਼ਰਵੇਸ਼ਨ ਕਰ ਰਹੇ ਹੈਗੇ ਪੂਰੇ 31 ਅਕਤੂਬਰ ਤੱਕ। ਵੱਖ ਵੱਖ ਦਿਨ ਜੋ ਹੈਗਾ ਵੱਖ ਵੱਖ ਐਕਟੀਵਿਟੀ ਕੀਤੀ ਹੈਗੀ ਉਹਨਾਂ ਦੀ ਯਾਦਗਾਰੀ ਦੇ ਵਿੱਚ। ਤੋ ਅੱਜ ਦਾ ਦਿਨ ਅਸੀਂ ਜੋ ਇੱਕ ਛੋਟਾ ਸਾ ਵਾਕਥੋਨ ਰੱਖਿਆ ਸੀਗਾ ਇਨ ਦੀ ਸਿਟੀ ਜੋ ਆਪਣੇ ਖੰਨਾ ਸਿਟੀ ਹੈਗਾ ਉਹਦੇ ਵਿੱਚ, ਉਹਦੇ 'ਚ ਸਾਰੇ GO ਸਾਹਿਬਾਨ ਅੱਜ ਦਾ ਜੋ ਪਾਰਟੀਸਪੈਂਟ ਸੀ ਅਸੀਂ ਸਾਰੇ ਡਿਪਾਰਟਮੈਂਟ ਦੇ ਮੁਲਾਜ਼ਮ ਔਰ ਸਾਰੇ ਜੋ ਗੈਜ਼ਟਡ ਆਫਿਸਰ ਸੀਗੇ ਅਸੀਂ ਸਾਰੇ ਇਹਦੇ 'ਚ ਪਾਰਟੀਸਪੇਟ ਕੀਤੇ ਸੀਗੇ ਇੱਕ ਛੋਟੀ ਸੀ ਸ਼ਰਧਾਂਜਲੀ ਦੀ ਕੇ ਤੌਰ 'ਤੇ ਜੀ। ਧੰਨਵਾਦ। ਪਬਲਿਕ ਨੂੰ ਆਹੀ ਹੈ ਜੀ, ਅਸੀਂ ਪੰਜਾਬ ਪੁਲਿਸ ਜੋ ਹੈ ਬਹੁਤ ਪੂਰੀ ਇੰਡੀਆ ਦੇ ਵਿੱਚ ਤੁਸੀਂ ਜਿਵੇਂ ਦੇਖਦੇ ਹੋ ਕਿ ਬਹੁਤ ਬਹਾਦੁਰ ਫੋਰਸ ਹੈ ਔਰ ਹਮੇਸ਼ਾ ਹੀ ਸੁਸਾਇਟੀ ਦੀ ਸੁਰੱਖਿਆ ਵਾਸਤੇ ਡਟ ਕੇ ਖੜੀ ਹੈ, ਭਾਵੇਂ ਉਹ ਆਤੰਕਵਾਦ ਦਾ ਸਮਾਂ ਸੀਗਾ ਭਾਵੇਂ ਹੁਣ ਆਪਾਂ ਜੋ ਚੈਲੇਂਜਸ ਫੇਸ ਕਰ ਰਹੇ ਉਹਦੇ ਵਾਸਤੇ ਔਰ ਇਹ ਅਮਨ ਸ਼ਾਂਤੀ ਇਨਕੋ ਬਰਕਰਾਰ ਰੱਖਣੇ ਕੇ ਲਈ ਅਸੀਂ ਸਾਰੇ ਤੁਹਾਡੇ ਨਾਲ ਖੜੇ ਹਾਂ। ਔਰ ਚਾਹੇ ਉਹ ਹੁਣ ਦੀ ਆਪਣੀ ਜੋ ਡਰੱਗ ਦੇ ਖਿਲਾਫ ਜੋ ਚੱਲ ਰਹੀ ਹੈਗੀ ਆ ਮੁਹਿੰਮ ਚੱਲ ਰਹੀ ਹੈ, ਇੱਕ ਜੋ ਜੰਗ ਚੱਲ ਰਹੀ ਹੈ ਉਹਦੇ ਵਿੱਚ ਮੈਂ ਪਬਲਿਕ ਨੂੰ ਬੇਨਤੀ ਕਰਾਂਗੀ ਤੁਹਾਡੇ ਮੀਡੀਆ ਰਾਹੀਂ ਪੁਲਿਸ ਦਾ ਸਾਥ ਦੇ ਦੇਣ ਔਰ ਅਸੀਂ ਇਹਨੂੰ ਅਮਨ ਸ਼ਾਂਤੀ ਨੂੰ ਔਰ ਇਹ ਨਸ਼ੇ ਦੇ ਖਿਲਾਫ ਦੀ ਜੰਗ ਨੂੰ ਬਰਕਰਾਰ ਰੱਖਾਂਗੇ।